ਤਰਨਤਾਰਨ ਦੇ ਕਸਬਾ ਫਤਿਹਾਬਾਦ ਵਿਖੇ ਸ੍ਰੀ ਗੋਇੰਦਵਾਲ ਸਾਹਿਬ ਦੇ ਗੁਰੂ ਅਮਰਦਾਸ ਪਬਲਿਕ ਸਕੂਲ ਤੋਂ ਛੁੱਟੀ ਤੋਂ ਬਾਅਦ ਵਾਪਸ ਆਪਣੇ ਘਰ ਨੂੰ ਪਰਤ ਰਹੇ ਦੋ ਨੌਜਵਾਨਾਂ ਦਾ ਫੋਰਚੂਨਰ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਜਦਕਿ ਦੂਜਾ ਜ਼ਖਮੀ ਹੋਇਆ। ਮ੍ਰਿਤਕ ਨੂੰ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਰੱਖਿਆ ਗਿਆ ਅਤੇ ਮ੍ਰਿਤਕ ਦਾ ਨਾਮ ਅੰਮ੍ਰਿਤਪਾਲ ਸਿੰਘ ਪੁੱਤਰ ਮਨਿੰਦਰ ਸਿੰਘ ਵਾਸੀ ਖਾਣ ਛਾਪੜੀ ਦੱਸਿਆ ਜਾ ਰਿਹਾ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਦੂਸਰੇ ਪਾਸੇ ਗੱਡੀ ਸਵਾਰ ਮੌਕੇ ਤੋਂ ਫਰਾਰ ਹੋਇਆ। ਪਰਿਵਾਰ ਨੇ ਗੱਲਬਾਤ ਕਰਦਿਆਂ ਹੋਇਆਂ ਸਾਰੀ ਇਸ ਘਟਨਾ ਦੇ ਬਾਰੇ ਵੀ ਜ਼ਿਆਦਾ ਜਾਣਕਾਰੀ ਦਿੱਤੀ ਹੈ ਅਤੇ ਹੋਰ ਕੀ ਕੁਝ ਕਹਿ ਸੋ ਆਓ ਸੁਣ ਲੈਂਦੇ ਹਾਂ ਉਹਨਾਂ ਦੀ ਜ਼ੁਬਾਨੀ। ਆਪਣੇ ਬੱਚੇ ਸਕੂਲੋਂ ਆ ਰਹੇ, ਫੋਰਚੂਨਰ ਗੱਡੀ ਨੇ ਕੋਈ ਤੇਜ਼ ਆ ਰਹੀ, ਉਹਦੇ ਵਿੱਚ ਵੱਜੇ ਤੇ ਉਹ ਐਕਸੀਡੈਂਟ ਹੋ ਗਿਆ, ਮੌਕੇ ਦੀ ਮੌਤ ਹੋ ਗਈ। ਇਹ ਗੱਡੀ ਪਿੱਛੋਂ ਆਣ ਕੇ ਵੱਜੀ ਹੈ? ਉਹ ਪਿੱਛ ਨਹੀਂ, ਗਾੜੀ ਆ ਰਹੀ ਹੈ, ਸਾਹਮਣੇ ਵੱਜੀ, ਉਹ ਸਾਹਮਣੇ ਵੱਜੀ, ਗੱਡੀ ਵਾਲੀ ਤੇਜ਼ ਸੀ ਥੋੜੀ। ਲਾਗੇ ਰਾਧਾ ਸਵਾਮੀਆਂ ਦਾ ਡੇਰਾ, ਬਿਜਲੀ ਦਫ਼ਤਰ ਲਾਗੇ, ਉੱਥੇ ਐਕਸੀਡੈਂਟ ਹੋਇਆ, ਮੌਕੇ ਤੇ ਮੌਤ ਹੋ ਗਈ ਬੱਚੇ ਦੀ। ਅੰਮ੍ਰਿਤਪਾਲ ਸਿੰਘ ਗੱਡੀ ਨੰਬਰ ਲਿਖਿਆ, ਹੁਣ ਮੈਨੂੰ ਚੇਤਾ ਨੀ ਉਦਾਂ ਲਿਖਿਆ। ਫੋਰਚੂਨਰ ਗੱਡੀ, ਫੋਰਚੂਨਰ ਗੱਡੀ ਕੌਣ ਚਲਾ ਰਿਹਾ? ਮੋਟਰਸਾਈਕਲ ਛਾਬੜੀ ਸਾਹਿਬ ਉਹਦਾ ਨਾਮ ਹੀ ਅੰਮ੍ਰਿਤਪਾਲ ਹੀ। ਦੋਨੋਂ ਇਕੱਠੇ? ਹਾਂਜੀ ਹਾਂਜੀ। ਸਕੂਲੀ ਬੱਚੇ ਕਿੰਨੇ ਪੜ੍ਹਦੇ? ਇਹ 12ਵੀਂ ਚ, ਪਲੱਸ 2 ਚ। ਬੱਚਾ ਜੀ 20 ਸਾਲ ਉਮਰ ਹੈ ਜੀ, ਇਹਦਾ ਨਾਂ ਅੰਮ੍ਰਿਤਪਾਲ ਸਿੰਘ ਹੈ ਤੇ ਫਾਦਰ ਦਾ ਨਾਮ ਹੈ ਮਨਿੰਦਰਪਾਲ ਸਿੰਘ। ਇਹ ਸਕੂਲੋਂ ਪੜ੍ਹ ਕੇ ਘਰ ਨੂੰ ਜਾਣ ਡਿਆ ਸੀ, ਰਸਤੇ ਦੇ ਵਿੱਚ ਇੱਕ ਫੋਰਚੂਨਰ ਆਈ, ਉਹਨੇ ਟੱਕਰ ਮਾਰੀ, ਇਹਦੀ ਮੌਕੇ ਤੇ ਜਿਹੜੀ ਮਤਲਬ ਥੋੜਾ ਸੀਰੀਅਸ ਸੀ, ਮਗਰ ਇਹਨਾਂ ਹਸਪਤਾਲ ਲਿਆਂਦਾ ਜਿਹਦੀ ਮੌਤ ਹੋ ਗਈ। ਜਿੰਨੀ ਕੁ ਸਰ ਇਹਦੀ ਉਮਰ ਬੱਚੇ ਦੀ? 20 ਸਾਲ ਉਮਰ। ਹਾਂਜੀ। ਤੇ ਸਰ ਇਹ ਪਤਾ ਲੱਗਾ ਸਰ ਐਕਸੀਡੈਂਟ ਕਿੱਦਾਂ ਕਿਵੇਂ ਹੋਇਆ ਜੀ? ਇਹ ਪੜ ਕੇ ਆਪਣਾ ਉੱਥੋਂ ਫਤਿਹਾਬਾਦ ਤੋਂ ਵਾਪਸ ਪਿੰਡ ਨੂੰ ਜਾ ਰਿਹਾ ਸੀ ਤੇ ਪਿੱਛੋਂ ਫੋਰਚੂਨਰ ਆਈ ਜਿਹੜੀ ਕੋਈ ਗਾਂਹ ਜਾਣ ਵਾਲੀ ਸੀ, ਉਹਨੇ ਫੇਟ ਮਾਰੀ ਤੇ ਉਹਦੇ ਨਾਲ ਦੇ ਸੱਟ ਲੱਗਣ ਕਰਕੇ ਮੌਤ ਹੋ ਗਈ। ਗੱਡੀ ਕੌਣ ਚਲਾ ਰਿਹਾ ਸੀ? ਗੱਡੀ ਉਹ ਅਨਨੋਨ ਬੰਦਾ ਵਾ, ਉਹ ਅਜੇ ਵੈਰੀਫਾਈ ਕਰ ਰਹੇ ਆ, ਵੈਰੀਫਾਈ ਕਰਕੇ ਉਹਦੀ ਵੀਡੀਓ ਕਢਾ ਕੇ ਜੋ ਅਸਲੀ ਬੰਦਾ ਹੋਊ ਉਹਦੇ ਖਿਲਾਫ ਕਾਰਵਾਈ। ਪਰਿਵਾਰ ਦੇ ਨਾਲ ਸਹਿਮਤੀ ਡੇ ਕਰਨ, ਇਹਨਾਂ ਦੇ ਨਾਲ ਜੋ ਕਹਿਣਗੇ ਆਪਾਂ ਕਾਰਵਾਈ ਕਰ ਦਾਂਗੇ।